ਡਾਕਟਰ ਵਰੀਆਮ ਸੰਧੂ ਦੀ ਕਹਾਣੀ ਤੇਰਾ ਪੁੱਤ ਕਿਵੇਂ ਓਏ ਵਾਰਿਸ਼ਾ ਐਵੇਂ ਨਹੀਂ ਲਿਖ ਗਿਆ ਬਈ ਇਹ ਨਾ ਰੰਨਾ ਦਾ ਕੋਈ ਤਬਾਰ ਨਹੀਂ ਗੱਲ ਤੇਰੀ ਠੀਕ ਆ ਸਾਰਿਆਂ ਨੇ ਇੱਕੋ ਆਵਾਜ਼ ਤੇ ਦੀਪੇ ਦੀ ਕਹੀ ਹੋਈ ਅਟਲ ਸੱਚਾਈ ਦੀ ਪੁਸ਼ਟੀ ਕਰ ਦਿੱਤੀ ਉਹ ਖਿੜ ਖਿੜ ਹੱਸ ਰਹੇ ਸਨ ਪਰ ਧਰਮੂ ਖਬਰੀ ਕਿਉਂ ਚੁੱਪ ਸੀ ਉਸ ਤੋਂ ਨਾਲ ਰਲ ਕੇ ਹੱਸਿਆ ਨਾ ਜਾ ਸਕਿਆ ਉਹ ਕਦੂ ਵਾਹੇ ਖੇਤਾਂ ਵਿੱਚ ਝੋਨੇ ਦੇ ਬੂਟੇ ਗੱਡ ਰਹੇ ਸਨ ਗਰਮੀ ਜਿਵੇਂ ਅੱਜ ਹੀ ਅੱਜ ਸੀ ਹਵਾ ਨੂੰ ਵੀ ਜਿਵੇਂ ਮੱਠਾ ਮੱਠਾ ਬੁਖਾਰ ਹੋ ਗਿਆ ਸੀ ਪਸੀਨਾ ਉਹਨਾਂ ਦੇ ਸਿਰ ਤੋਂ ਪੈਰਾਂ ਤਾਈਂ ਵਹਿ ਰਿਹਾ ਸੀ ਨੰਗਿਆਂ ਪਿੰਡਿਆਂ ਨੂੰ ਧੁੱਪ ਝੁਲਸਦੀ ਜਾ ਰਹੀ ਸੀ ਉਹ ਸਭ ਕਾਸੀ ਤੋਂ ਬੇਪਰਵਾ ਆਪਣੀਆਂ ਗੱਲਾਂ ਦੇ ਮਿੱਠੇ ਨਸ਼ੇ 'ਚ ਗੁੰਮ ਸਨ ਉਹ ਕਰਮੋ ਲੀਖੜ ਦੀ ਵੋਟੀ ਦੀਆਂ ਗੱਲਾਂ ਕਰ ਰਹੇ ਸਨ ਜਿਹੜੀ ਵਸਤੇ ਰਸਤੇ ਘਰ ਨੂੰ ਛੱਡ ਕੇ ਕਰਨੈਲ ਸਿੰਘ ਦੇ ਇੱਥੇ ਨਾਨਕੀ ਰੰਦੇ ਪਣੇਵੇਂ ਨਾਲ ਪਰਸੋਂ ਰਾਤ ਨਿਕਲ ਗਈ ਸੀ ਕੁੜੀ ਸੋਣੀ ਸੀ ਤੇ ਕਰਨੈਲ ਸਿੰਘ ਦਾ ਪਣੇਵਾ ਵੀ ਸੋਨਾ ਸੀ ਪਰ ਉਹ ਆਖਦੇ ਉਹਦੀ ਉਹਨਾਂ ਦੀ ਕਰਤੂਤ ਸੋਣੀ ਨਹੀਂ ਸੀ ਪਿੰਡ ਦੀ ਇੱਜ਼ਤ ਨੂੰ ਤਾਂ ਜੋ ਦਾਗ ਲੱਗਾ ਸੋ ਲੱਗਾ ਵਿਚਾਰਾ ਕਰਮਾ ਕਿਤੇ ਹੱਕ ਕੱਢ ਕੇ ਖਲੋਣ ਜੋਗਾ ਨਹੀਂ ਸੀ ਰਿਆ ਵਿਚਾਰਾ ਮਿਲਨਸਰ ਤੇ ਭਲਾ ਆਦਮੀ ਸੀ ਪਰ ਇਹ ਔਰਤਾਂ ਜਦੋਂ ਕਿਸੇ ਨੂੰ ਨੀਵਾ ਦਿਖਾਉਣ ਤੇ ਆ ਜਾਣ ਇਹ ਤਾਂ ਸ਼ਹਿਨ ਸ਼ਾਇਆ ਦੇ ਮੱਥੇ ਤੇ ਕਾਲਖਾਂ ਮਲ ਦਿੰਦੀਆਂ ਨੇ ਰੱਬ ਕਰੇ ਕਿਤੇ ਬੁਰੀ ਤੇ ਨਾ ਆ ਜਾਣ ਇਹ ਉਹਨਾਂ ਸਾਰਿਆਂ ਦੇ ਵਿਚਾਰ ਸਨ ਉਹ ਚੰਗਾ ਕੀਤਾ ਉਹਨੇ ਮਾਹੀ ਮੁੰਡੇ ਨਾਲ ਜ਼ਿੰਦਗੀ ਦੇ 4 ਦਿਨ ਕੱਟ ਲੂ ਕਰਮਾ ਕੰਜਰ ਦਾ ਹੈ ਵੀ ਕੀ ਹੈ ਬਿੱਜੂ ਮੂਹਾਂ ਜਿਆ ਹਜ਼ਾਰੀ ਬੰਜ ਵੀ ਨੇ ਆਪਣੀ ਕਾਮ ਪੂੰਜੀ ਦਾੜੀ ਨੂੰ ਖੁਰ ਗਿਆ ਚਿੱਕੜ ਲਿਬੜੇ ਹੱਥਾਂ ਚੋਂ ਗੰਦੇ ਪਾਣੀ ਦੀਆਂ ਬੂੰਦਾਂ ਉਹਦੀ ਦਾੜੀ ਝੜ ਗਈਆਂ ਸਾਰੇ ਫਿਰ ਖਿੜਖੜਾ ਕੇ ਹੱਸ ਪਏ ਪੱਟੇ ਢੋਲ ਤੇ ਤੇਜ਼ ਤੇਜ਼ ਡੱਗਾ ਮਾਰਨ ਵਾਂਗ ਉਹਨਾਂ ਦਾ ਖੁੱਲਾ ਹਾਸਾ ਖੜ ਗਿਆ ਫਰਤਰ ਮੂੰਹ ਦੇ ਹੋਠਾਂ ਤੇ ਤਾਂ ਜਿਵੇਂ ਜੰਦਰਾ ਲੱਗ ਗਿਆ ਸੀ ਉਹ ਕੋਈ ਹੰਗਾਰਾ ਨਹੀਂ ਸੀ ਭਰ ਰਿਆ ਉਹ ਤਾਂ ਸਗੋਂ ਅੱਗੋਂ ਪੁੱਠਾ-ਪੁੱਠਾ ਸੋਚੀ ਜਾ ਰਿਹਾ ਸੀ ਭਲਾ ਨੂੰ ਅਜੇ ਆ ਸੋਚਣ ਦੀ ਕੀ ਲੋੜ ਸੀ ਉਹਨੂੰ ਲੱਗਦਾ ਜਿਵੇਂ ਉਹ ਉਹਨੂੰ ਸੁਣਾ-ਸੁਣਾ ਕੇ ਗੱਲਾਂ ਕਰ ਰਹੇ ਹੁਣ ਨਹੀਂ ਬਈ ਆਪਾਂ ਇਸ ਗੱਲ ਤੇ ਰਾਜ਼ੀ ਨਹੀਂ ਬਈ ਬੜੀ ਨਮੋਸ਼ੀ ਆ ਯਾਰ ਜਨਾਨੀ ਨਿਕਲ ਜੇ ਕਿਸੇ ਦੀ ਮੇਰੇ ਅਰਗੇ ਨੂੰ ਜੇ ਪਤਾ ਲੱਗ ਜੇ ਪੀ ਮੇਰੀ ਵੋਟੀ ਦੀ ਕਿਸੇ ਨਾਲ ਗੱਲਬਾਤ ਆ ਮੈਂ ਤਾਂ ਅੱਖਾਂ ਕੰਜਰ ਦੀ ਲੁਕ ਛਿਪ ਕੇ ਜਿਵੇਂ ਮਰਜ਼ੀ ਮੂੰਹ ਕਾਲਾ ਕਰ ਲਿਆ ਕਰ ਪਰ ਕਿਤੇ ਨਿਕਲ ਨਾ ਜਾਇਂ ਦੀਪਾ ਆਪਣੇ ਸੁਭਾਅ ਅਨੁਸਾਰ ਜਵਲੀਆਂ ਮਾਰੀ ਜਾ ਰਹੀ ਸੀ ਉਹ ਜੋ ਗੱਲ ਗੱਲ ਚ ਹਜ਼ਾਰੀ ਮਜਬੀ ਨੂੰ ਵੀ ਲਾ ਗਿਆ ਸੀ ਜਿਹਦੀ ਘਰ ਵਾਲੀ ਦੀ ਹਜ਼ਾਰੀ ਦੇ ਛੋਟੇ ਭਰਾ ਨਾਲ ਸਾਂਝ ਦੀ ਗੱਲ ਉਹਨਾਂ ਸਾਰਿਆਂ ਨੇ ਸੁਣੀ ਹੋਈ ਸੀ ਹਜ਼ਾਰੀ ਖੇਸੀਅਨੀ ਦੀ ਹਾਸੀ ਹੱਸਿਆ ਆਹੋ ਯਾਰ ਤੂੰ ਠੀਕ ਹੀ ਆ ਨਾ ਇੰਜ ਲੁਕ ਛਿਪ ਕੇ ਹੀ ਚੰਗਾ ਨਾਲੇ ਇਹ ਕਿੜਾ ਪੱਠਿਆਂ ਦਾ ਟੱਕ ਹੈ ਪਿਗਾ ਹੋ ਜਾਊਗਾ ਐਸ ਜੇ ਆਪ ਕਰ ਲਈਦੀ ਹੈ ਤਾਂ ਉਹਨਾਂ ਕਰਨ ਉਹਨਾਂ ਰੱਬ ਦੇ ਮਾਂ ਮਾਰੇ ਨੇ ਇਸ ਤਰ੍ਹਾਂ ਗੱਲਾਂ ਕਰਦਿਆਂ ਉਹ ਕਰਮੀ ਦੀ ਹਾਲਤ ਤੇ ਤਰਸ ਘਟ ਪਰ ਆਪ ਸਵਾਦ ਵਧੇਰੇ ਲੈ ਰਹੇ ਸਨ ਪਰ ਧਰਮੂ ਦਾ ਮੂੰਹ ਜਿਵੇਂ ਬੇਸਵਾਜਿਆ ਹੋ ਗਿਆ ਸੀ ਉਹ ਚਾਹ ਰਿਹਾ ਸੀ ਕਿ ਅਜਹੀਆਂ ਗੱਲਾਂ ਬੰਦ ਹੋ ਜਾਣ ਤੇ ਉਹਨੂੰ ਜਾਪ ਰਿਹਾ ਸੀ ਜਿਵੇਂ ਉਹ ਸਾਰੇ ਚਿੱਕੜ ਵਾਹੇ ਖੇਤ ਵਿੱਚੋਂ ਗਾਰੇ ਦੀ ਬੁੱਕ ਭਰ ਕੇ ਉਦੇ ਸਿਰ ਤੇ ਮੂੰਹ ਤੇ ਮਲੀ ਜਾ ਰਹੇ ਹਨ ਪੌਮ ਪੌ ਕੇ ਵੀ ਗੱਲਾਂ ਉਹਦਾ ਧਿਆਨ 2 ਸਾਲ ਪਹਿਲਾਂ ਦੀ ਇੱਕ ਸ਼ਾਮ ਵੱਲ ਲਾ ਜਾ ਰਹੀਆਂ ਸਨ ਉਹ ਮੁਕਲਾਵਾ ਲੈਣ ਸੌਰੇ ਗਿਆ ਹੋਇਆ ਸੀ ਉਹ ਤੇ ਉਹਦਾ ਇੱਕ ਹੋਰ ਸਾਥੀ ਬਾਹਰੋਂ ਜੰਗਲ ਪਾਣੀ ਹੋ ਕੇ ਆ ਰਹੇ ਸੀ ਕਿ ਰਾਹ ਚ ਉਹਨੂੰ ਸੌਰੇ ਪਿੰਡ ਦੇ ਦੋ ਗੱਬਰੂ ਬਾਹਰੋਂ ਜਾਂਦੇ ਮਿਲੇ ਸਾਸਰੀ ਕਲਪਾ ਜੀ ਉਹਨਾਂ ਚੋਂ ਲੰਮੀ ਪਤਲੇ ਮੁੰਡੇ ਨੇ ਮੁਸਕਰਾਉਂਦੇ ਹੋਏ ਧਰਮੂ ਨਾਲ ਹੱਥ ਮਲਾਇਆ ਸੀ ਇੰਜ ਜੋ ਮੁਸਕਰਾਉਂਦੇ ਹੋਏ ਅੱਗੇ ਲੰਘੇ। ਪ੍ਰਾਣਿਆਂ ਭਾਗਾ ਵਾਲਾ ਕਿਸੇ ਕਰਮਾ ਵਾਲੇ ਨੂੰ ਇਹੋ ਜਿਹਾ ਮਾਲ ਮਿਲਦਾ ਹੈ। ਅੱਗੇ ਲੰਘਦਾ ਹੋਇਆ ਗਬਰੂ ਧਰਮੂ ਦੀ ਪਤਨੀ ਰਤਨੀ ਦੀ ਤਾਰੀਫ਼ ਕਰ ਗਿਆ ਸੀ। ਧਰਮੂ ਦਾ ਦਿਲ ਖੁਸ਼ੀ 'ਚ ਧੜਕ ਪਿਆ। ਉਹਨੂੰ ਆਪਣੇ ਆਪ ਤੇ ਮਾਣ ਜਿਹਾ ਮਹਿਸੂਸ ਹੋਇਆ ਪਰ ਹੈ ਉਹਦੇ ਇੱਕਦਮ ਕੰਨ ਖੜੇ ਹੋ ਗਏ। ਤੁਰੇ ਜਾਂਦੇ ਗਬਰੂਆਂ 'ਚੋਂ ਦੂਜਾ ਸਾਥੀ ਆਪਣੇ ਨਾਲ ਦੇ ਨੂੰ ਕਹਿ ਰਿਹਾ ਸੀ। ਮਾਲ ਤਾਂ ਚੰਗਾ ਹੈ ਪਰ ਜੇ ਸੱਚਾ ਹੋਵੇ। ਹਰਮੋਨੀ ਆਪਣੇ ਸਾਥੀ ਦੇ ਚਿਹਰੇ ਵੱਲ ਤੱਕਿਆ ਕਿਤੇ ਉਹਨੇ ਇਹ ਗੱਲ ਸੁਣੀ ਨਾ ਲਈ ਹੋਵੇ ਪਰ ਉਹਦੇ ਚਿਹਰੇ ਤੋਂ ਉਹਨੂੰ ਕੋਈ ਅਜਿਹੀ ਅਜਿਆ ਨਿਸ਼ਾਨ ਨਾ ਲੱਭਾ ਉਹਦਾ ਸਾਥੀ ਦੁਪਹਿਰ ਵੇਲੇ ਵਾਲੀ ਖੱਟੀ ਸ਼ਰਾਬ ਦੇ ਭੈੜੇ ਤੇ ਬਕਬਕੇ ਸਵਾਦੀਆਂ ਗੱਲਾਂ ਕਰੀ ਜਾ ਰਿਹਾ ਸੀ ਪਰ ਇਹ ਗੱਲ ਜੋ ਸੁਣੀ ਸੀ ਉਹਦੇ ਦਿਲ ਤੇ ਲੱੜ ਗਈ ਉਹਨੂੰ ਲੱਗਾ ਜਿਵੇਂ ਉਹਦੇ ਦਿਲ ਨੂੰ ਜਾਂਦੀਆਂ ਲਹੂ ਨਾੜੀਆਂ ਸੁੱਜ ਗਈਆਂ ਹੋਣ ਤੇ ਪਾਟ ਜਾਣ ਨੂੰ ਕਾਲੀਆਂ ਹੋਣ ਰਤਨੀ ਕਿਤੇ ਠੀਕ ਹੀ ਨਾ ਇਹ ਸ਼ੰਕਾ ਉਹਦੇ ਖੂਨ ਦੀ ਬੂੰਦ-ਬੂੰਦ ਚ ਜ਼ਹਿਰ ਵਾਂਗ ਰਚਦੀ ਜਾ ਰਹੀ ਸੀ ਤੇ ਮੁਕਲਾਵੇ ਵਾਲੀ ਰਾਤ ਉਸ ਰਤਨੀ ਪਾਸੋਂ ਇਹ ਭੇਦ ਜਾਨਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਤਾਂ ਹੈਰਾਨ ਪਰੇਸ਼ਾਨ ਅਥਰੂਆਂ ਭਰੀਆਂ ਅੱਖਾਂ ਨਾਲ ਧਰਮੂ ਵਾਲ ਤੱਕੀ ਜਾ ਰਹੀ ਸੀ ਪੋੜਾ ਜਿਹਾ ਮਾਸੂਮ ਚਿਹਰਾ ਨਿਰਦੋਸ਼ ਜਪਦੀਆਂ ਸੁੰਦਰ ਅੱਖਾਂ ਨਿਰੀਪੁਰੀ ਸ਼ਰਾਫਤ ਦੀ ਤਸਵੀਰ ਬਿਲਕੁਲ ਜਿਵੇਂ ਅਸੀਲ ਗਊ ਹੋਵੇ ਇਹੋ ਜੀ ਕੁੜੀ ਤੇ ਵੀ ਭਲਾ ਕੋਈ ਸ਼ੱਕ ਕਰ ਸਕਦਾ ਹੈ ਆਖਰ ਧਰਮੂ ਨੂੰ ਉਹਤੇ ਵਿਸ਼ਵਾਸ ਕਰਨਾ ਪਿਆ ਉਹਨੇ ਰਤਨੀ ਨੂੰ ਬਾਹਾਂ ਚ ਜਕੜ ਲਿਆ ਉਹ ਦਿਨ ਤੇ ਅੱਜ ਦਾ ਦਿਨ ਰਤਨੀ ਦੇ ਚਲਣ ਚ ਉਹਨੂੰ ਕੋਈ ਦੋਸ਼ ਨਜ਼ਰੀ ਨਹੀਂ ਸੀ ਆਇਆ ਉਹ ਤਾਂ ਹੰਤਾਂ ਦਾ ਪਿਆਰ ਉਸ ਨਾਲ ਕਰਦੀ ਸੀ ਉਹ ਤਾਂ ਧਰਮੂ ਤੋਂ ਸਦਕੇ ਵਾਰੀ ਜਾਂਦੀ ਸੀ ਧਰਮੂ ਦੋ ਪਲ ਰਾਤ ਘਰ ਪੱਛੜ ਕੇ ਆਵੇ ਰਤਨੀ ਬਰੂਹਾਂ ਚ ਖੜੀ ਉਡੀਕ ਰਹੀ ਹੁੰਦੀ ਉਹ ਤਾਂ ਉਹਦੇ ਰਾਹਾਂ ਤੇ ਪਲਕਾਂ ਵਿਛਾ ਛੜਦੀ ਤੇ ਇੰਜ ਜੀਵਨ ਚੱਲ ਰਿਹਾ ਸੀ ਹੁਣ ਤਾਂ ਉਹਨਾਂ ਦੇ ਘਰ ਇੱਕ ਲਾਲ ਨੇ ਵੀ ਜਨਮ ਲੈ ਲਿਆ ਸੀ ਉਹਨਾਂ ਦਾ ਵੇੜਾ ਖੁਸ਼ੀਆਂ ਨਾਲ ਭਰ ਗਿਆ। ਰਤਨੀ ਦੀ ਪ੍ਰਸੰਤਾ ਦੀ ਤਾਂ ਹੱਦ ਹੀ ਨਹੀਂ ਸੀ। ਕੋਈ ਦੱਬਿਆ ਖਜ਼ਾਨਾ ਜਿਵੇਂ ਉਹਨੂੰ ਮਿਲ ਗਿਆ ਸੀ। ਉਹ ਹੱਸਦੀ ਤੇ ਧਰਮੂ ਨੂੰ ਕਹਿੰਦੀ, "ਵੇਖ, ਮੁੰਡੇ ਦਾ ਮੱਥਾ ਤੇਰੇ ਵਾਂਗ ਚੌੜਾ, ਐਨ ਤੇਰੇ ਵਾਂਗ। ਤੂੰ ਵੀ ਨਿੱਕਾ ਹੁੰਦਾ ਇਦਾਂ ਨਾ ਹੋਵੇਂਗਾ, ਹੈਨਾ?" ਤੇ ਖਚਰਾ-ਖਚਰਾ ਮੁਸਕਰਾਉਂਦੀ ਹੋਈ ਕਾਕੇ ਦਾ ਮੱਥਾ ਚੁੰਮਣ ਲੱਗ ਜਾਂਦੀ ਤੇ ਧਰਮੂ ਪਤਨੀ ਦੇ ਪਿਆਰ 'ਚ ਭਿਜ-ਭਿਜ ਜਾਂਦਾ। ਪਰ ਫੇਰ ਵੀ ਮਾਲ ਤੇ ਚੰਗਾ ਪਰ ਸੱਚਾ ਹੋਵੇ ਵਾਲੀ ਗੱਲ ਉਹਨੂੰ ਕਦੇ ਭੁੱਲੀ ਨਹੀਂ ਸੀ ਕਈ ਵਾਰੋ ਸ਼ੰਕਾਵਾਂ ਦਾ ਚੋਰ ਉਹਦੇ ਦਿਲ 'ਚ ਵੜਾਉਂਦਾ ਤੇ ਉਹਦੀ ਸਾਰੀ ਖੁਸ਼ੀ ਉਸ ਘੜੀ ਚੋਰੀ ਹੋ ਜਾਂਦੀ ਉਹ ਕਿੰਨਾ-ਕਿੰਨਾ ਚਿਰ ਸੋਚਦਾ ਰਹਿੰਦਾ ਫਿਰ ਉਹ ਆਪ ਹੀ ਆਪਣੀ ਸੋਚ ਤੇ ਮੁਸਕਰਾ ਪੈਂਦਾ ਉਹਨੂੰ ਭਲਾ ਜਿਹਾ ਸੋਚਣ ਦੀ ਕੀ ਲੋੜ ਸੀ ਘੜੀ ਪਹਿਲਾਂ ਜਦੋਂ ਉਸ ਦੀਪੇ ਦੀ ਗੱਲ ਸੁਣੀ ਉਹਦੇ ਦਿਲ ਨੂੰ ਜਿਵੇਂ ਹੌਲ ਜਿਆ ਪਿਆ ਉਹਨਾਂ ਦੀਆਂ ਸਰਸਰੀ ਗੱਲਾਂ ਉਹਨੂੰ ਆਪ ਨੂੰ ਮਿਹਣੇ ਵਾਂਗ ਆਖੀਆਂ ਲੱਗੀਆਂ ਚੁੱਪ ਦਾ ਚੁੱਪ ਸੋਚਾਂ ਚ ਗੁੰਮਗਮ ਗੀਂ ਚਿਹਰਾ ਉਹ ਸੋਨੇ ਦੀ ਪਨੀਰੀ ਨਖੇੜ ਨਖੇੜ ਦੱਬੀ ਜਾ ਰਿਹਾ ਸੀ ਉਹਦੇ ਸਾਥੀ ਖੁਸ਼ੀ ਚ ਮਸਤ ਸਨ ਪਰ ਉਹਨੂੰ ਜਿਵੇਂ ਸੱਪ ਸੌਂ ਗਿਆ ਸੀ ਉਸ ਦੇਖਿਆ ਉਹਦੀ ਲੱਤ ਉੱਤੇ ਇੱਕ ਜੋਕ ਚੜੀ ਜਾ ਰਹੀ ਸੀ ਉਸ ਹੱਥ ਨਾਲ ਜੋਕ ਲਈ ਤੇ ਉਹਨੂੰ ਦੂਰ ਵਗਾ ਮਾਰਿਆ ਫਿਰ ਉਸ ਕੋਸ਼ਿਸ਼ ਕੀਤੀ ਕਿ ਸਾਥੀਆਂ ਨਾਲ ਹੱਸੇ ਮੁਸਕਰਾਵੇ ਪਰ ਉਹ ਜਿਆਨਾ ਕਰ ਸਕਿਆ ਉਹਨੂੰ ਲੱਗਾ ਜਿਵੇਂ ਉਹਦੇ ਦਿਮਾਗ 'ਚ ਅਜੀਬ ਅਜੀਬ ਖਿਆਲ ਜੋਕਾਂ ਬਣ ਕੇ ਆਵੜੇ ਹੋਣ ਪਰ ਉਹਨਾਂ ਖਿਆਲਾਂ ਦੀਆਂ ਜੋਕਾਂ ਨੂੰ ਤੋੜ ਕੇ ਸੁੱਟ ਨਾ ਸਕਿਆ ਉਹਨੂੰ ਦਾ ਰਹਿ ਰਹਿ ਕੇ ਉਹੀ ਲੰਮਾ ਪਤਲਾ ਆਪਣੇ ਸਹਰਿਆਂ ਵਾਲਾ ਗੱਭਰੂ ਚੇਤੇ ਆ ਰਿਹਾ ਸੀ ਜਿਹੜਾ ਕੱਲ ਵੀ ਉਹਨਾਂ ਦੇ ਪਿੰਡ ਦੀ ਸਾਥ ਚੋਂ ਕੋਹੜੀ ਤੇ ਗੁਜ਼ਰਿਆ ਸੀ ਧਰਮੂ ਨੇ ਉਹਦੀ ਕੋਹੜੀ ਰੋਕੀ ਤੇ ਉਹਨੂੰ ਚਾਹ ਪੀ ਕੇ ਜਾਣ ਲਈ ਬੜਾ ਜ਼ੋਰ ਲਾਇਆ ਸੀ ਪਰ ਉਹ ਬੜੀਆਂ ਮੇਰਾ ਬੜੀਆਂ ਮੇਰਾ ਤੇਰੀਆਂ ਭਾਈਆ ਕਹਿੰਦਾ ਘੋੜੀ ਨੂੰ ਅੱਡੀ ਲਾ ਕੇ ਤੁਰ ਗਿਆ ਸੀ ਘਰ ਜਾ ਕੇ ਉਸ ਰਤਨੀ ਨੂੰ ਵੀ ਉਸ ਬਾਰੇ ਦੱਸਿਆ ਸੀ ਰਤਨੀ ਨੇ ਉਹਨੂੰ ਕਿਹਾ ਸੀ ਤੂੰ ਲੈ ਆਉਣਾ ਸੀ ਭੈਣ ਭਰਾ ਚਾਹ ਪਾਣੀ ਪੀ ਜਾਂਦਾ ਹੋਰ ਕਿਸੇ ਕੀ ਲੈ ਜਾਣਾ ਹੁੰਦਾ ਤੇ ਭਲਾਂ ਸਾਰੀਆਂ ਕੀ ਗੱਲਾਂ ਨੇ ਉਹ ਸੋਚ ਰਿਹਾ ਸੀ ਤੇ ਖਿਜ ਰਿਹਾ ਸੀ ਉਹਦੇ ਮਨ ਚ ਅਨੋਖੀ ਉਥਲ ਪੁਥਲ ਮਚੀ ਸੀ ਰਹਿ ਰਹਿ ਕੇ ਉਹਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਉੱਜੰਝਲਾ ਗਿਆ ਇਸ ਤਰ੍ਹਾਂ ਤੇ ਉਹ ਪਾਗਲ ਹੋ ਜਾਏਗਾ ਉਹ ਸਿੱਧੇ ਖੜੇ ਹੋ ਕੇ ਆਕੜ ਪੰਨੀ ਤੇ ਲੱਕ ਨੂੰ ਸਿੱਧਾ ਕੀਤਾ ਸੂਰਜ ਲੰਘਦੇ ਵੱਲ ਜਾ ਰਿਹਾ ਸੀ ਪਰ ਗਰਮੀ ਤੇ ਸੇਕ ਉੰਜ ਦਾ ਉੰਜ ਸੀ ਤੇ ਉੰਜ ਦਾ ਉੰਜ ਸੀ ਧਰਮੂ ਦੇ ਖਿਆਲਾਂ ਦਾ ਗੇੜ ਉਹ ਤੂੰ ਧਰਮੂ ਸੌ ਰਿਆ ਕੂੰਦਾ ਹੀ ਨਹੀਂ ਕੀ ਗੱਲ ਪਰਜਾਈ ਸਾਡੀ ਨੇ ਰਾਤੀ ਕੁੱਟਿਆ ਤਾਂ ਨਹੀਂ ਦੀਪਾ ਉਹਨੂੰ ਬੜੇ ਚਿਰ ਤੋਂ ਚੁੱਪਚਾਪ ਗੰਭੀਰ ਸੋਚੀ ਪਿਆ ਤੱਕ ਰਿਹਾ ਸੀ ਧਰਮੂ ਬੜਾ ਔਖਾ ਜਿਹਾ ਹੋ ਕੇ ਮੁਸਕਰਾਇਆ ਨਹੀਂ ਯਾਰ ਅੱਜ ਸਰੀਰ ਕੁਛ ਢਿੱਲਾ ਹੈ ਸਰੀਰ ਢਿੱਲਾ ਤੇ ਮਾਵਾ ਡੰਗ ਲੈ ਭੋਰਾ ਦੇਵਾ ਸਿਰ ਤੇ ਲਪੇਟੇ ਸਾਫੇ ਦੀ ਕੰਨੀਓ ਫੀਮ ਦਾ ਗੋਲਾ ਕੱਢ ਕੇ ਬੋਲਿਆ ਯਾਰ ਅੱਜਕੱਲ ਰਹਿ ਕੀ ਗਿਆ ਬੰਦਿਆਂ ਚ ਸੱਤਿਆਉ ਕੀ ਨਹੀਂ ਨਸ਼ੇ ਤੋਂ ਬਿਨਾ ਕਿਤੇ ਸਾਰੀ ਦਿਹਾੜੀ ਨੀਵੇਂ ਲੱਕ ਝੋਨਾ ਲੱਗਦਾ ਨਹੀਂ ਰਹਿਣ ਦੇ ਦੀਪਿਆ ਦਿਲ ਨਹੀਂ ਮੰਨਦਾ ਧਰਮ ਨੂੰ ਨਹੀਂ ਰਸਤਾ ਜਾਈ ਛਕਿਆ ਉਹ ਜੇ ਇਹ ਨਹੀਂ ਤਾਂ ਫਿਰ ਰਾਤ ਨੂੰ ਹੋ ਜਾਈ ਛਿੱਟ ਛਿੱਟ ਨਾਲੇ ਥਕੇਵਾਂ ਲਾਥ ਜੂ ਮੈਂ ਪਹਿਲੇ ਤੋੜ ਦੀ ਰੱਖੀ ਆ ਇੱਕ ਬੋਤਲ ਜੇ ਮਨ ਮੰਦਾ ਹੋਵੇ ਤਾਂ ਲੈ ਆਂ ਤਰਕਾਲਾਂ ਨੂੰ ਯਾਰ ਕੋ ਡੀਪਲ ਖੁਸ਼ੀ ਵੀ ਮਨਾਉਣੀ ਚਾਹੀਦੀ ਆ ਬੰਦੇ ਨੂੰ ਐਵੇਂ ਪਸ਼ੂਆਂ ਵਾਂਗੂ ਹਰ ਵੇਲੇ ਕੰਮ ਕਰੀ ਕਰ ਕਰੀ ਮਰੀ ਜਾਓ ਇਹ ਭਲਾ ਕਿਹੜੇ ਗ੍ਰੰਥਾਂ 'ਚ ਲਿਖਿਆ ਹੈ ਦੀਪ ਨੇ ਇੱਕ ਤਰ੍ਹਾਂ ਨਾਲ ਰਾਧਾ ਦਾ ਪ੍ਰੋਗਰਾਮ ਉਲੀਕੇ ਧਰਮੂ ਦੇ ਸਾਹਮਣੇ ਰੱਖ ਦਿੱਤਾ ਧਰਮੂ ਦਾ ਦਿਲ ਆਪ ਵੀ ਕਰਦਾ ਸੀ ਕਿ ਅੱਜ ਸ਼ਾਮ ਨੂੰ ਜ਼ਰੂਰ ਪੀਤੀ ਜਾਣੀ ਚਾਹੀਦੀ ਹੈ ਉਹ ਐਵੇਂ ਅਜੀਬ ਜੀਬ ਆ ਚੰਬੜੇ ਖਿਆਲਾਂ ਤੋਂ ਪਿੱਛਾ ਛੁਡਾਉਣਾ ਚਾਹੁੰਦਾ ਸੀ ਉਸ ਸ਼ਾਮ ਨੂੰ ਪੇਂਡ ਦੀ ਸਲਾਹ ਮਨਜ਼ੂਰ ਕਰ ਲਈ ਸ਼ਾਮੀ ਜਦੋਂ ਧਰਮੂ ਘਰ ਪੰਚਾਇਤ ਦੀਪੂ ਦਾ ਪੁੱਤ ਬਚਨਾ ਤੇ ਉਹਦੀ ਪਤਨੀ ਘਰ ਆਏ ਬੈਠੇ ਸੀ ਰਤਨੀ ਨੇ ਕਾਕੇ ਨੂੰ ਕੁਛੜ ਚੁੱਕਿਆ ਹੋਇਆ ਸੀ ਤੇ ਹੱਸ-ਹੱਸ ਦੋਹਾਂ ਜੀਆਂ ਨਾਲ ਗੱਲਾਂ ਕਰ ਰਹੀ ਸੀ ਉਹਦਾ ਹੱਸਣਾ ਧਰਮੂ ਨੂੰ ਬੁਰਾ ਜਿਹਾ ਲੱਗਾ ਉਹ ਦੂਜੇ ਪਾਸੇ ਮੂੰਹ ਪਵਾ ਲਿਆ ਤੇ ਬਚਨੇ ਬਚਨੇ ਨੂੰ ਜੱਫੀ ਚ ਘੁੱਟ ਲਿਆ ਉਹਨਾਂ ਤੋਂ ਕਿ ਹਜੇ ਵਿਹਲਾ ਹੋਇਆ ਹੀ ਸੀ ਕਿ ਦੀਪਾ ਡੱਬ ਵਿੱਚਲੀ ਬੋਤਲ ਲਈ ਲੜਾਈ ਆ ਗਿਆ ਉਹਨਾਂ ਤਿੰਨਾਂ ਨੇ ਬਰਾਂਡੇ ਚ ਹੀ ਮਹਿਫਲ ਜਮਾ ਲਈ ਚੰਗੀ ਚੀਜ਼ ਹੈ ਹਾੜਾ ਲੈਂਦੇ ਆ ਧਰਮੁਨੀ ਸ਼ਰਾਬ ਬਾਰੇ ਆਪਣੀ رائے ਦਿੱਤੀ ਫਿਰ ਛੰਨੇ ਚੋ ਦਾਲ ਦੇ ਚਮਚੇ ਪਰ ਪਰ ਖਾਣ ਲਗਾ ਇੱਕ ਇੱਕ ਹਾੜਾ ਫੇਰ ਤੇ ਉਹਨਾਂ ਨੂੰ ਮਿੱਠਾ ਮਿੱਠਾ ਸਰੂਰ ਆਉਣ ਲੱਗ ਪਿਆ ਉਹ ਖੁਸ਼ੀ ਚ ਮਸਤ ਸ਼ਰਾਬ ਦੀ ਉਸਤ ਚ ਆਪਣੇ ਵਿਚਾਰ ਪ੍ਰਗਟ ਕਰਨ ਲੱਗੇ ਇਹ ਚੀਜ਼ ਹੀ ਬੜੀਆ ਧਰਮ ਨਾਲ ਸੁਰਗਾਂ ਦੇ ਹੂਟੇ ਦਵਾ ਦਿੰਦੀ ਆ ਸੁਰਗਾਂ ਦੇ ਹੂਟੇ ਸੁਰਗਾਂ ਦੇ ਹੂਟੇ ਸਭ ਨਰਕ ਸੁਰਗ ਇੱਥੇ ਹੀ ਆ ਐਸ ਜੱਗ ਚ ਇਹਨੇ ਸਾਰੇ ਕਿਉਂ ਪਰਾਨੇ ਦੀਪਕ ਖੁਸ਼ੀ ਚ ਬੋਲੀ ਜਾ ਰਿਹਾ ਸੀ ਗੱਲਾਂ ਕਰਦੇ ਹੋ ਆਪਣੀ ਆਦਤ ਅਨੁਸਾਰ ਸੱਜੇ ਹੱਥ ਦਾ ਪੰਜਾ heਠਾ ਤਾਂ ਹਲਾਈ ਜਾ ਰਿਹਾ ਸੀ ਉਹਨਾਂ ਬੋਤਲ ਮੁਕਾ ਲਈ ਤਾਂ ਧਰਮੋਂ ਜਾ ਕੇ ਇੱਕ ਹੋਰ ਲਿਆਇਆ ਉਹ ਮਜ਼ੇ ਚ ਸੀ ਪੈਗ ਉੱਪਰ ਪੈਗ ਚੱਲ ਰਿਹਾ ਸੀ ਤੇ ਧਰ ਤੱਕ ਆਕਾਸ਼ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਏ ਦੀਪ ਸੋ ਜਿਹੜਾ ਤੇਰੇ ਸਾਹਮਣੇ ਆ ਇਹ ਨਾ ਬਚਣਿਆ ਆਪਣਾ ਧਰਮ ਦਾ ਵੀਰ ਧਰਮ ਦਾ ਇਸ ਜਿਹਾ ਬਸ ਵਸਤੂ ਪੁੱਛੀ ਕੁਛ ਨਾ ਗੱਲੇ ਥੀ ਰਹਿਣ ਦੇ ਰਤਨੀਆਂ ਹੋਰ ਰਤਨ ਕਰੇ ਹਾਸ ਲੂਣਾ ਲਿਆਈ ਆਂਡਿਆ ਦਾ ਹੱਥੋਂ ਆਪੇ ਰੋਟੀ ਨਾਲ ਵੇਖੀ ਜਾਉ ਫਿਰ ਧਰਮੂ ਮਸਤੀ ਚ ਝੂਮ ਰਿਹਾ ਸੀ ਤੇ ਰਤਨੀ ਕੋਲੇ ਚ ਸਲੂਣਾ ਪਾ ਕੇ ਲਿਆਈ ਤੇ ਰੱਖ ਗਈ ਆਪਾਂ ਤੇਰੇ ਦਾਸ ਹਾਂ ਵੱਡੇ ਭਾਈ ਤੂੰ ਇਹ ਆ ਯਾਰ ਆ ਪਾਣੀ ਮੰਗਾਗੜ ਵਿੱਚ ਥੋੜਾ ਦੀਪਾ ਲੜਖੜਾਉਣ ਦੀ ਆਵਾਜ਼ ਕਹਿ ਰਿਹਾ ਸੀ ਮੈਂ ਲਾ ਕੇ ਹੋਣਾ ਧਰਮੂਠਿਆ ਤੇ ਝੋਮਦਾ ਹੋਇਆ ਨਲਕੇ ਤੋਂ ਪਾਣੀ ਲੈਣ ਤੁਰ ਗਿਆ। ਪਾਣੀ ਲੈ ਕੇ ਮੁੜਿਆ ਤਾਂ ਉਸ ਸੁਣਿਆ ਦੀਪਾ ਉਹਦੇ ਭੂਆ ਦੇ ਪੁੱਤ ਨੂੰ ਕਰਮੇ ਦੀ ਵੋਟੀ ਦੇ ਨਿੱਕਲ ਜਾਣ ਦੀ ਗੱਲ ਸੁਣਾ ਰਿਹਾ ਸੀ ਤੇ ਬਾਰ-ਬਾਰ ਕਹਿ ਰਿਹਾ ਸੀ ਰੰਨਾ ਦਾ ਕੋਈ ਤਬਾਰ ਨਹੀਂ ਓਏ ਸਰਦਾਰਾ। ਤੇ ਧਰਮੂ ਨੇ ਪਾਣੀ ਦੀ ਗੜਵੀ ਦੀਪੇ ਦੇ ਹੱਥ ਜਾ ਫੜਾਈ। ਦੀਪੇ ਨੇ ਪੈਗ ਪਿੰਦਿਆਂ ਕਿਹਾ ਧਰਮਸਿਆ ਅਜੇ ਭਾਉ ਆ ਸਾ ਪਤੀਏ ਦੇ ਜੰਮਣ ਦੀ ਤੇਰੇ ਤੋਂ ਪੀਣੀ ਆ। ਠੀਕ ਆ ਨਾ ਕਿੱਥੇ ਆ ਯਾਰ ਪਤੀਆ ਸਾਡਾ ਲਿਆਓ। ਦੀ ਪਤਾਰੋਂ ਤੋਂ ਬਾਅਦ ਰਤਨੀ ਨੂੰ ਸੰਬੋਧਨ ਹੋਇਆ ਉਹ ਭਾਬੀ ਹੱਥੋਂ ਲਿਆਈ ਸਾਡੇ ਪਤੀਏ ਨੂੰ ਰਤਨੀ ਘੁੰਡ ਚ ਹਸਦੀ ਕੱਕੇ ਨੂੰ ਚੁੱਕੀ ਆਈ ਤੇ ਉਹਨੂੰ ਦੀਪੇ ਦੇ ਕੁਛੜ ਦੇ ਦਿੱਤਾ ਆਓ ਪੁੱਤ ਮੇਰਾ ਉਹ ਮੇਰਾ ਸਰਦਾਰ ਪੁੱਤਰਾ ਦੀਪੇ ਨੇ ਕੱਕੇ ਦਾ ਮੂੰਹ ਚੁੰਮ ਲਿਆ ਉਹ ਕੱਕੇ ਦਾ ਨਿੱਕਾ ਜਿਹਾ ਕੋਲਾ ਹੱਥ ਆਪਣੇ ਕਰੜੇ ਹੱਥਾਂ ਚ ਲੈ ਕੇ ਭੁਲੋਸਣ ਲੱਗਾ ਤੇਰਾ ਪੁੱਤਰ ਉਹ ਤੇਰਾ ਪੁੱਤ ਕਿੰਜ ਹੋਇਆ ਤੂੰ ਮੈਨੂੰ ਦੱਸ ਧਰਮੂ ਅਜੀਬ ਸਵਾਲ ਕਰ ਗਿਆ ਸੀ ਰਤਨੀ ਨੂੰ ਅਫਸੋਸ ਹੋਇਆ ਕਿ ਧਰਮੀ ਨੂੰ ਇੰਜ ਨਹੀਂ ਸੀ ਕਹਿਣਾ ਚਾਹੀਦਾ ਉਹ ਅਜੇ ਕੁਝ ਕਹਿਣਾ ਹੀ ਚਾਹੁੰਦੀ ਸੀ ਦੀਪਾ ਬੋਲ ਪਿਆ ਧਰਮੂ ਤੇਰਾ ਪੁੱਤ ਤੇ ਆਪਣਾ ਪੁੱਤ ਕੋਈ ਦੋ ਆ ਇਹ ਆਪਣਾ ਹੀ ਆ ਪੁੱਤ ਕੇ ਦੀਪੇ ਨੇ ਫਿਰ ਕਾਕੇ ਨੂੰ ਆਪਣੇ ਨਾਲ ਘੁੱਟ ਲਿਆ ਹੈ ਮਾਂ ਦਾ ਖਸਮ ਤੇਰਾ ਪੁੱਤ ਕਿਵੇਂ ਲੱਗਾ ਓਏ ਤੂੰ ਕੌਣ ਹੋਵੇਂ ਇਹਨੂੰ ਪੁੱਤ ਆਖਣ ਵਾਲਾ ਖਲੋ ਤੇਰੀ ਪਤਾ ਨਹੀਂ ਧਰਮੂ ਤੇ ਕੀ ਪੂਤ ਸਵਾਰ ਹੋ ਗਿਆ ਉਸ ਵੱਧ ਕੇ ਦੀਪੇ ਦੇ ਗਲ ਨੂੰ ਹੱਥ ਪਾ ਲਿਆ ਰਤਨੀ ਨੇ ਚੀਕ ਮਾਰਦਿਆਂ ਭੱਜ ਕੇ ਕਾਕੇ ਨੂੰ ਦੀਪ ਦੇ ਕੁਛਣੋਂ ਖਿੱਚ ਲਿਆ ਬਚਨੇ ਦੇ ਰੋਕਦਿਆਂ ਰੋਕਦਿਆਂ ਧਰਮੂ ਨੇ ਦੀਪੇ ਨੂੰ ਟਾ ਲਿਆ ਉਹ ਮੈਂ ਤੇਰਾ ਖੂਨ ਕਰ ਦੂੰ ਸਾਲਿਆ ਤੂੰ ਹੋਵੇਂ ਕੌਣ ਹੋਏ ਮੇਰੇ ਮੁੰਡੇ ਦਾ ਪਿਓ ਬਣਨ ਵਾਲਾ ਤੇਰੀ ਚੱਲ ਜਾ ਰਤਨੀਏ ਤੂੰ ਵੀ ਹੱਥੋਂ ਨਹੀਂ ਤਾਂ ਤੇਰੇ ਵੀ ਟੋਟੇ ਕਰ ਦੂੰ ਰਤਨੀ ਦੀ ਹਾਲ ਦੁਹਾਈ ਸੁਣ ਕੇ ਆਂਢੀ ਗੁਆਂਢੀ ਭੱਜੇ ਆਏ ਉਹਨਾਂ ਬੜੀ ਮੁਸ਼ਕਲ ਨਾਲ ਦੀਪੇ ਨੂੰ ਧਰਮੇ ਦੀ ਛੇਠੋਂ ਕੱਢਿਆ ਦੋਹਾਂ ਦੇ ਕੇਸ ਖੁੱਲੇ ਸਨ ਧਰਮੇ ਲੋਕਾਂ ਦੀਆਂ ਬਾਹਾਂ 'ਚੋਂ ਛੁੱਟ-ਛੁੱਟ ਜਾ ਰਿਆ ਸੀ ਇਹਦਾ ਪੁੱਤ ਕਿੱਦਾਂ ਹੋਇਆ ਖਲੋ ਤੇਰੀ ਮਾਂ ਨੂੰ ਤੈਨੂੰ ਪਿਓ ਬਣਾ ਦੂੰ ਦਬੂਤ ਹਾ ਉੱਚੀ-ਉੱਚੀ ਬੱਕਰੇ ਬੁਲਾਉਣ ਲੱਗ ਪਿਆ ਧੰਨਵਾਦ